ਜੀ ਸਰ ਕੁੱਤੇ ਖੁੱਲ ਸਰ ਇੱਕ ਪ੍ਰੈਸ ਕਾਨਫਰੰਸ ਕੀਤੀ ਲੰਡੇ ਗਰੁੱਪ ਦੇ ਬੰਦੇ ਫਿਰ ਸਰ ਕੀ ਮਾਮਲਾ ਸਾਰਾ ਇਹਦੇ 'ਚ ਇੱਦਾਂ ਜੀ ਵੀ ਜਿਵੇਂ ਫਰੋਤੀਆਂ ਫਰੂਤੀਆਂ ਮੰਗਦੇ ਤੇ ਇੱਦਾਂ ਹੀ ਇਹਨਾਂ ਨੇ ਇੱਕ ਫਰੋਤੀ ਪਹਿਲੇ ਮੰਗੀ ਸੀਗੀ ਜੱਸਲ ਨੇ ਜੱਸਲ ਨੇ ਫਰੋਤੀ ਮੰਗੀ ਸੀ ਉਹਦੀ ਮਾਂ ਗਹਿਣੇ ਗੁਣੇ ਬਣਾਉਂਦੀ ਸੀ ਕਿ ਜਸਬੀਰ ਹੈਗਾ ਜੱਸੀ ਪੰਡੂਰੀ ਗੋਲੇ ਦਾ ਸੁਨਿਆਰਾ ਉਹਦੇ ਤੋਂ ਫਰੋਤੀ ਮੰਗੀ ਸੀ 10 ਲੱਖ ਰੁਪਏ ਦੀ ਉਹਨੇ ਬਾਅਦ 'ਚ ਲਾਂਭਾ ਲੂੰਬਾ ਦੇ ਦਿੱਤਾ ਸੀਗਾ ਉਹਦੀ ਮਦਰ ਨੂੰ ਤਾਂ ਫਿਰ ਉਹ ਹਟ ਗਿਆ ਅੱਗੋਂ ਫਿਰ ਸੱਤੇ ਨੂੰ 10 ਪਾਤੀ ਉਹਨੇ ਸੱਤੇ ਨੇ ਜਿਹੜਾ ਗਰੁੱਪ ਦਾ ਇਹ ਸਾਰਾ ਵਿੱਚ ਸਾਂਝੀ ਹੈਗੇ ਆ ਤਾਂ ਉਹਨੇ ਇਹਨੂੰ ਕਹਿ ਦਿੱਤਾ ਹੋਣਾ ਉਹਨੇ ਸੱਤੇ ਨੇ ਜਿਹੜਾ ਹੈਗਾ ਇਹਨੂੰ ਥ੍ਰੈਟ ਕੀਤੀ ਸੀ ਵੀ 10 ਤੋਲੇ ਸੋਨਾ ਅਤੇ 10 ਲੱਖ ਰੁਪਈਆ ਦਿਓ ਇਹਨੇ ਨਹੀਂ ਦਿੱਤਾ ਨਹੀਂ ਗੱਲ ਵਾਲੀ ਉਸ ਤੋਂ ਬਾਅਦ ਉਹਨੇ ਜਿਹੜੇ ਬੰਦੇ ਆ ਭੇਜਤੇ ਉਹ ਜਿਹੜੇ ਗੋਲੀ ਚਲਾ ਗਏ ਉਦੋਂ ਨਹੀਂ ਸੀ ਪਤਾ ਵੀ ਕਿਹੜੇ ਆ ਕਰਦੇ ਕਰਦੇ ਜਦੋਂ ਮਹੀਨਾ ਡੇਢ ਲੱਗ ਗਿਆ CIA ਦੀ ਟੀਮ ਲੱਗੀ ਸੀ ਕਿਤੋਂ ਲਿੰਕ ਜੁੜ ਗਿਆ ਇਹਨਾਂ ਦਾ ਕੋਈ ਐਨ ਡੀ ਦਾ ਕੰਮ ਕਰਦੇ ਆ ਉੱਥੋਂ ਚੱਲਦੇ ਹੋਏ ਇਹਨਾਂ ਬੰਦਿਆਂ ਤੱਕ ਪਹੁੰਚ ਗਏ ਬਰਪਾਲ ਪਿੰਡ ਦੇ ਜੀ 4 ਜਣੇ ਇੱਕ ਗੁਰਲਾਲ ਹੈਗਾ ਜਿਹੜਾ 3-4 ਸਾਲ ਪਹਿਲੇ ਉੱਥੇ GCB ਚਲਾ ਕੇ ਆਇਆ ਔਰ 3 ਮਹੀਨੇ ਪਹਿਲੇ ਹੀ ਇਹ ਇੰਡੀਆ ਵਾਪਸ ਆਉਂਦਾ ਇਹਦਾ ਕਜ਼ਨ ਇੱਕ ਜਰਮਨੀ ਹੈਗਾ ਉਹਦੇ ਰਾਹੀਂ ਇਹ ਕੰਟੈਕਟ 'ਚ ਸੀਗੇ ਜੱਸਲ ਦੇ ਜੱਸਲ ਨਾਲ ਜੱਸਲ ਦੇ ਇਹਨੇ ਆਪਣੇ ਕਜ਼ਨ ਮਨਿੰਦਰ ਦੇ ਕਹਿਣ 'ਤੇ ਜਿਹੜੀ ਹੈ ਇਹ ਆ ਕੇ ਇੱਥੇ ਗੋਲੀਆਂ ਚਲਾਈਆਂ ਸਰ ਜਿਹੜਾ ਜੱਸਲ ਉੱਤੇ ਵੀ ਕਈ ਪਰਚੇ ਦਰਜ ਨੇ ਜੱਸਲ 'ਤੇ ਵੀ ਕਈ ਪਰਚੇ ਦਰਜ ਹੈ ਜੀ ਇਸ ਪਰਚੇ 'ਚ ਵੀ ਹੈਗਾ ਜੱਸਲ ਇਹ ਸਾਰਾ ਸਰ ਇਹ ਗਰੁੱਪ ਜਿਹੜਾ ਲੰਡਾ ਗਰੁੱਪ ਹੀ ਹੈ ਸਰ ਬਿਲਕੁਲ ਲੰਡੇ ਦੀ ਆਫ ਡੇ ਹੀ ਉਹਦੀ ਇਹ ਉਹਨਾਂ ਦੇ ਫੁੱਟ ਸੋਲਜਰ ਸੀਗੇ ਜਿਹੜੇ ਫੜੇ ਆ ਅੱਗੋਂ ਜੇ ਸਾਰੇ ਆਪਸ 'ਚ ਤਾਂ ਇੰਟਰਕਨੈਕਟਿਡ ਹੈ ਹੀ ਹੈ ਅਤੇ ਇੱਕ ਦੂਜੇ ਦੇ ਬੰਦਿਆਂ ਨੂੰ ਵੀ ਵਰਤਦੇ ਆ ਜੀ ਅਤੇ ਉਹਦੇ 'ਚ ਹੀ ਉਹਦੇ ਇਹਨਾਂ ਦੀ ਅਰੈਸਟ ਪਈ ਹੈ ਜੀ ਸਰ ਕੁੱਤੇ ਖੁੱਲ ਸਰ ਇੱਕ ਪ੍ਰੈਸ ਕਾਨਫਰੰਸ ਕੀਤੀ ਲੰਡੇ ਗਰੁੱਪ ਦੇ ਬੰਦੇ ਫਿਰ ਸਰ ਕੀ ਮਾਮਲਾ ਸਾਰਾ ਇਹਦੇ 'ਚ ਇੱਦਾਂ ਜੀ ਵੀ ਜਿਵੇਂ ਫਰੋਤੀਆਂ ਫਰੂਤੀਆਂ ਮੰਗਦੇ ਤੇ ਇੱਦਾਂ ਹੀ ਇਹਨਾਂ ਨੇ ਇੱਕ ਫਰੋਤੀ ਪਹਿਲੇ ਮੰਗੀ ਸੀਗੀ ਜੱਸਲ ਨੇ ਜੱਸਲ ਨੇ ਫਰੋਤੀ ਮੰਗੀ ਸੀ ਉਹਦੀ ਮਾਂ ਗਹਿਣੇ ਗੁਣੇ ਬਣਾਉਂਦੀ ਸੀ ਕਿ ਜਸਬੀਰ ਹੈਗਾ ਜੱਸੀ ਪੰਡੂਰੀ ਗੋਲੇ ਦਾ ਸੁਨਿਆਰਾ ਉਹਦੇ ਤੋਂ ਫਰੋਤੀ ਮੰਗੀ ਸੀ 10 ਲੱਖ ਰੁਪਏ ਦੀ ਉਹਨੇ ਬਾਅਦ 'ਚ ਲਾਂਭਾ ਲੂੰਬਾ ਦੇ ਦਿੱਤਾ ਸੀਗਾ ਉਹਦੀ ਮਦਰ ਨੂੰ ਤਾਂ ਫਿਰ ਉਹ ਹਟ ਗਿਆ ਅੱਗੋਂ ਫਿਰ ਸੱਤੇ ਨੂੰ 10 ਪਾਤੀ ਉਹਨੇ ਸੱਤੇ ਨੇ ਜਿਹੜਾ ਗਰੁੱਪ ਦਾ ਇਹ ਸਾਰਾ ਵਿੱਚ ਸਾਂਝੀ ਹੈਗੇ ਆ ਤਾਂ ਉਹਨੇ ਇਹਨੂੰ ਕਹਿ ਦਿੱਤਾ ਹੋਣਾ ਉਹਨੇ ਸੱਤੇ ਨੇ ਜਿਹੜਾ ਹੈਗਾ ਇਹਨੂੰ ਥ੍ਰੈਟ ਕੀਤੀ ਸੀ ਵੀ 10 ਤੋਲੇ ਸੋਨਾ ਅਤੇ 10 ਲੱਖ ਰੁਪਈਆ ਦਿਓ ਇਹਨੇ ਨਹੀਂ ਦਿੱਤਾ ਨਹੀਂ ਗੱਲ ਵਾਲੀ ਉਸ ਤੋਂ ਬਾਅਦ ਉਹਨੇ ਜਿਹੜੇ ਬੰਦੇ ਆ ਭੇਜਤੇ ਉਹ ਜਿਹੜੇ ਗੋਲੀ ਚਲਾ ਗਏ ਉਦੋਂ ਨਹੀਂ ਸੀ ਪਤਾ ਵੀ ਕਿਹੜੇ ਆ ਕਰਦੇ ਕਰਦੇ ਜਦੋਂ ਮਹੀਨਾ ਡੇਢ ਲੱਗ ਗਿਆ CIA ਦੀ ਟੀਮ ਲੱਗੀ ਸੀ ਕਿਤੋਂ ਲਿੰਕ ਜੁੜ ਗਿਆ ਇਹਨਾਂ ਦਾ ਕੋਈ ਐਨ ਡੀ ਦਾ ਕੰਮ ਕਰਦੇ ਆ ਉੱਥੋਂ ਚੱਲਦੇ ਹੋਏ ਇਹਨਾਂ ਬੰਦਿਆਂ ਤੱਕ ਪਹੁੰਚ ਗਏ ਬਰਪਾਲ ਪਿੰਡ ਦੇ ਜੀ 4 ਜਣੇ ਇੱਕ ਗੁਰਲਾਲ ਹੈਗਾ ਜਿਹੜਾ 3-4 ਸਾਲ ਪਹਿਲੇ ਉੱਥੇ GCB ਚਲਾ ਕੇ ਆਇਆ ਔਰ 3 ਮਹੀਨੇ ਪਹਿਲੇ ਹੀ ਇਹ ਇੰਡੀਆ ਵਾਪਸ ਆਉਂਦਾ ਇਹਦਾ ਕਜ਼ਨ ਇੱਕ ਜਰਮਨੀ ਹੈਗਾ ਉਹਦੇ ਰਾਹੀਂ ਇਹ ਕੰਟੈਕਟ 'ਚ ਸੀਗੇ ਜੱਸਲ ਦੇ ਜੱਸਲ ਨਾਲ ਜੱਸਲ ਦੇ ਇਹਨੇ ਆਪਣੇ ਕਜ਼ਨ ਮਨਿੰਦਰ ਦੇ ਕਹਿਣ 'ਤੇ ਜਿਹੜੀ ਹੈ ਇਹ ਆ ਕੇ ਇੱਥੇ ਗੋਲੀਆਂ ਚਲਾਈਆਂ ਸਰ ਜਿਹੜਾ ਜੱਸਲ ਉੱਤੇ ਵੀ ਕਈ ਪਰਚੇ ਦਰਜ ਨੇ ਜੱਸਲ 'ਤੇ ਵੀ ਕਈ ਪਰਚੇ ਦਰਜ ਹੈ ਜੀ ਇਸ ਪਰਚੇ 'ਚ ਵੀ ਹੈਗਾ ਜੱਸਲ ਇਹ ਸਾਰਾ ਸਰ ਇਹ ਗਰੁੱਪ ਜਿਹੜਾ ਲੰਡਾ ਗਰੁੱਪ ਹੀ ਹੈ ਸਰ ਬਿਲਕੁਲ ਲੰਡੇ ਦੀ ਆਫ ਡੇ ਹੀ ਉਹਦੀ ਇਹ ਉਹਨਾਂ ਦੇ ਫੁੱਟ ਸੋਲਜਰ ਸੀਗੇ ਜਿਹੜੇ ਫੜੇ ਆ ਅੱਗੋਂ ਜੇ ਸਾਰੇ ਆਪਸ 'ਚ ਤਾਂ ਇੰਟਰਕਨੈਕਟਿਡ ਹੈ ਹੀ ਹੈ ਅਤੇ ਇੱਕ ਦੂਜੇ ਦੇ ਬੰਦਿਆਂ ਨੂੰ ਵੀ ਵਰਤਦੇ ਆ ਜੀ ਅਤੇ ਉਹਦੇ 'ਚ ਹੀ ਉਹਦੇ ਇਹਨਾਂ ਦੀ ਅਰੈਸਟ ਪਈ ਹੈ